ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਅਤੇ ਮੈਂ ਹਾਂ ਗਗਨਦੀਪ ਸਿੰਘ। ਇਸ ਵੇਲੇ ਦੀ ਵੱਡੀ ਖਬਰ ਜੁੜੀ ਆ ਜ਼ਿਲ੍ਹਾ ਬਰਨਾਲਾ ਤੋਂ, ਜਿੱਥੇ ਅਧੀਨ ਪੈਂਦੇ ਪਿੰਡ ਧਨੌਲਾ ਦੇ ਵਿੱਚ ਗੁਰਮੀਤ ਸਿੰਘ ਮਾਨਾ ਉਰਫ ਕਾਲਾ ਧਨੌਲਾ ਦਾ ਪੁਲਿਸ ਵੱਲੋਂ ਇਨਕਾਊਂਟਰ ਕਰ ਦਿੱਤਾ ਗਿਆ। ਜੀ ਹਾਂ, ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਪੁਲਿਸ ਫੋਰਸ ਮੌਜੂਦ ਹੈ, ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਕਾਲਾ ਧਨੌਲਾ ਦੇ ਉੱਤੇ ਕਈ ਅਪਰਾਧਿਕ ਮਾਮਲੇ ਪਹਿਲਾਂ ਤੋਂ ਦਰਜ ਸਨ, ਸੋ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਅੱਜ ਦੇਰ ਸ਼ਾਮ ਪੁਲਿਸ ਦਾ ਜਿਹੜਾ ਮੁਕਾਬਲਾ ਹੁੰਦਾ ਹੈ ਕਾਲਾ ਧਨੌਲਾ ਦੇ ਨਾਲ, ਅਤੇ ਜਿਸ ਦੇ ਵਿੱਚ ਕਾਲਾ ਧਨੌਲਾ ਦੀ ਜਾਨ ਚਲੀ ਗਈ ਹੈ। ਸੋ ਐਂਬੂਲੈਂਸ ਦੀ ਗੱਡੀ ਦੇ ਵਿੱਚ ਉਸਦੀ ਡੈੱਡ ਬੋਡੀ ਜਿਹੜੀ ਹੈ ਲੈ ਕੇ ਜਾਈ ਜਾ ਰਹੀ ਹੈ। ਤਸਵੀਰਾਂ ਤੁਹਾਡੇ ਸਾਹਮਣੇ ਨੇ, ਇਸ ਮਾਮਲੇ ਦੇ ਉੱਤੇ ਕੀ ਕਹਿੰਦੇ ਨੇ ਉੱਚ ਅਧਿਕਾਰੀ, ਆਓ ਸੁਣਦੇ ਹਾਂ। ਜੀ, ਅੱਜ ਸ਼ਾਮ ਨੂੰ ਇੱਕ ਏ ਕੈਟੇਗਰੀ ਗੈਂਗਸਟਰ ਜੋ ਬਰਨਾਲਾ ਦੇ ਵਿੱਚ ਧਨੌਲੇ ਥਾਣੇ ਦਾ ਰਹਿਣ ਵਾਲਾ ਹੈਗਾ, ਗੁਰਮੀਤ ਸਿੰਘ ਕਾਲਾ ਧਨੌਲਾ, ਜੋ ਕਿ ਰੀਸੈਂਟਲੀ ਸਾਡੇ ਇੱਕ 2 ਨੰਬਰ FIR ਜੋ ਧਨੌਲੇ ਥਾਣੇ ਦੇ ਵਿੱਚ ਹੋਈ ਸੀਗੀ, ਜਿਸਮੇ ਭਗੋੜਾ ਥਾ, ਜਿਸਮੇ ਇਹਨੇ ਇੱਕ ਜਾਨਲੇਵਾ ਹਮਲਾ ਸੁਰਿੰਦਰ ਪਾਲ ਉਰਫ ਪਾਲਾ 'ਤੇ ਕੀਤਾ ਸੀਗਾ। ਉਹਦੀ ਭਾਲ ਦੇ ਤਹਿਤ AGTF ਦੀ ਟੀਮ ਅਤੇ ਬਰਨਾਲਾ ਪੁਲਿਸ ਦੀ ਟੀਮ, ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀਗੀ। AGTF ਦੀ ਟੀਮ ਇੱਥੇ ਆਈ ਸੀਗੀ, ਉਹਨਾਂ ਕੋਲ ਟੈਕਨੀਕਲ ਅਤੇ ਹਿਊਮਨ ਇੰਟ ਸੀਗਾ ਕਿ ਇਸ ਏਰੀਆ ਦੇ ਵਿੱਚ ਘੁੰਮ ਰਿਹਾ ਹੈਗਾ। ਜਦੋਂ ਅਸੀਂ ਉਸ ਇਨਪੁੱਟ 'ਤੇ ਕੰਮ ਕਰਦੇ ਹੋਏ ਸਾਡੀ ਟੀਮਸ AGTF ਦੀ ਇੱਥੇ ਪਹੁੰਚੀ, ਉਹਨਾਂ ਨੇ ਇਹਨਾਂ ਦਾ ਘੇਰਾ ਪਾਇਆ ਅਤੇ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ। ਇਹਨਾਂ ਨੇ ਅਨਪ੍ਰੋਵੋਕੇਟਿਵ ਫਾਇਰਿੰਗ ਸ਼ੁਰੂ ਕਰਤੀ, ਫਾਇਰਿੰਗ ਕਰਕੇ ਉੱਥੋਂ ਭੱਜਣਾ ਸ਼ੁਰੂ ਕਰਤਾ ਅਤੇ ਰਿਟੈਲੀਏਟਰੀ ਫਾਇਰ ਦੇ ਵਿੱਚ ਜਦੋਂ ਆਪਣੇ AGTF ਦੀ ਟੀਮ ਨੇ ਵੀ ਫਾਇਰ ਕੀਤਾ, ਉਹਦੇ ਵਿੱਚ ਗੁਰਮੀਤ ਸਿੰਘ ਕਾਲਾ ਧਨੌਲਾ ਨੂੰ ਫਾਇਰ ਆਮ ਇੰਜਰੀਜ਼ ਆਈ ਐਂਡ ਹੀ ਸਕਮ ਟੂ ਦੀ ਇੰਜਰੀਜ਼। ਐਂਡ ਨਾਲ ਦੀ ਨਾਲ ਜਿਹੜੀ ਜੋ ਗੈਂਗਸਟਰ ਵੱਲੋਂ ਔਰ ਉਹਦੇ ਟੀਮਮੇਟਸ ਵੱਲੋਂ ਫਾਇਰਿੰਗ ਹੋਈ ਸੀਗੀ, ਉਹਦੇ ਵਿੱਚ ਸਾਡੇ 2 ਮੈਂਬਰਸ ਜੋ ਕਿ ਇੰਸਪੈਕਟਰ ਪੁਸ਼ਪਿੰਦਰ ਸਿੰਘ ਔਰ ਸਬ ਇੰਸਪੈਕਟਰ ਜਸਪ੍ਰੀਤ, ਉਹਨਾਂ ਨੂੰ ਵੀ ਫਾਇਰ ਆਮ ਇੰਜਰੀਜ਼ ਆਈ ਨੇ। ਇਨ ਸਾਰਿਆਂ ਨੂੰ ਅਸੀਂ ਹੋਸਪਿਟਲ ਸ਼ਿਫਟ ਕਰਤਾ ਹੈ। ਇੱਥੋਂ ਸਾਨੂੰ 3 ਸੋਫਿਸਟੀਕੇਟਡ ਵੈਪਨਸ, ਸਮਾਲ ਆਰਮਸ ਅਤੇ ਕਈ ਮੈਗਜ਼ੀਨਸ ਅਤੇ ਲਾਈਵ ਰਾਊਂਡਸ ਬਰਾਮਦ ਹੋਏ ਨੇ। ਇੱਕ ਹੋਰ ਇੱਕ ਗੱਡੀ ਜੋ ਸਿਲਵਰ ਕਲਰ ਦੀ ਹੈਗੀ, ਉਹ ਵੀ ਬਰਾਮਦ ਹੋਈ ਹੈ। ਸਰ, ਇਹਦੇ 'ਚ ਹੋਰ ਵੀ ਬੰਦੇ ਸੀ ਇਹਦੇ ਨਾਲ ਸ਼ਾਮਿਲ? ਜੀ, ਤਿੰਨ ਬੰਦੇ ਅਸੀਂ ਹੋਰ ਰਾਊਂਡ ਅਪ ਕੀਤੇ। ਇੱਕ ਜੋ ਇਹ 2 ਨੰਬਰ FIR ਧਨੌਲੇ ਦੀ ਜਿਹਦੇ ਵਿੱਚ ਇਹ ਵਾਂਟਿਡ ਸੀਗਾ, ਉਹਦੇ ਸਾਥੀ ਹੀ ਸੀਗੇ, ਉਹ ਵੀ ਕੋ ਐਕਿਊਜ਼ਡ ਨੇ। ਇੱਕ ਸੁਖਚੈਨ ਸਿੰਘ ਉਰਫ ਛੀਨਾ ਹੈ ਅਤੇ ਇੱਕ ਹੋਰ ਹੈਗਾ ਇਹਦੇ ਸਾਥੀ ਜੋ ਫਤਿਹਗੜ੍ਹ ਛੰਨਾ ਦਾ ਰਹਿਣ ਵਾਲਾ ਹੈ। ਇੱਕ ਉਹਦੇ ਨਾਲ ਨਾਲ ਇੱਕ ਹੋਰ ਬੰਦਾ ਇਸੇ ਅਸੀਂ ਰਾਊਂਡ ਅਪ ਕੀਤਾ। ਹਾਂਜੀ, ਨਹੀਂ ਅਭੀ ਇੰਜਰੀ ਸਾਰਿਆਂ ਨੂੰ ਅਸੀਂ ਚੈੱਕ ਕਰਾਏਂਗੇ, ਮੈਡੀਕਲ ਹੋਏਗਾ। ਕਾਲੇ ਦੀ ਡੈਥ ਹੋ ਗਈ ਹੈ ਜੀ ਇੱਥੇ? ਹਾਂਜੀ, ਹੀ ਸਕਮ ਟੂ ਦੀ ਇੰਜਰੀਜ਼। ਸਰ, ਇਸ ਗੈਂਗਸਟਰ ਦੀ ਗੱਲ ਕਰਦੇ, ਉਹਦੇ ਤੋਂ ਕਿਸ ਤਰੀਕੇ ਦੇ ਜਿਹੜੇ ਮਾਮਲੇ ਹੋਰ ਵੀ ਦਰਜ ਸੀਗੇ? ਜੀ, ਉਹਦੇ 'ਤੇ ਉਹ ਏ ਕੈਟੇਗਰੀ ਗੈਂਗਸਟਰ, ਜਿੱਦਾਂ ਮੈਂ ਤੁਹਾਨੂੰ ਦੱਸਿਆ, ਉਹਦੇ 'ਤੇ 67 FIRs ਦਰਜ ਹੈ। 302 ਦੇ ਇੱਕ ਮੁਕਦਮੇ ਦੇ ਵਿੱਚ ਉਹ ਕਨਵਿਕਟਿਡ ਹੈਗਾ, ਹੁਣ ਬੇਲ 'ਤੇ ਚੱਲ ਰਿਹਾ। ਹੁਣ ਵੀ ਜਿੱਦਾਂ ਇਹ ਰੀਸੈਂਟਲੀ 1 ਮਹੀਨੇ ਪਹਿਲਾਂ ਹੀ ਉਸਨੇ 307 ਦਾ ਇੱਕ ਹੋਰ ਉਹਦੇ 'ਤੇ ਮੁਕਦਮਾ ਦਰਜ ਹੋਇਆ, ਜਿਹਦੇ ਵਿੱਚ ਉਹਨੇ ਇੱਕ ਜਾਨਲੇਵਾ ਹਮਲਾ ਆਪਣੇ ਸਾਥੀਆਂ ਨਾਲ ਬਹਿਰਾਮੀ ਨਾਲ ਕੁੱਟਮਾਰ ਕੀਤੀ ਸੀਗੀ ਅਤੇ ਫਾਇਰ ਇੰਜਰੀਜ਼ ਕੀਤੀ ਸੀਗੀ। ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਜੀ? ਹਾਂਜੀ, 2 ਜਿੱਦਾਂ ਮੈਂ ਦੱਸਿਆ AGTF ਦੇ ਸਾਡੇ 2 ਮੁਲਾਜ਼ਮ, ਇੰਸਪੈਕਟਰ ਪੁਸ਼ਪਿੰਦਰ ਅਤੇ ਸਬ ਇੰਸਪੈਕਟਰ ਜਸਪ੍ਰੀਤ, ਉਹਨਾਂ ਨੂੰ ਵੀ ਇੰਜਰੀਜ਼ ਆਈ ਹੈ। ਦੇ ਹੈਵ ਬੀਨ ਟੇਕਨ ਟੂ ਦੀ ਹੋਸਪਿਟਲ ਫੋਰ ਫਰਦਰ ਟ੍ਰੀਟਮੈਂਟ। ਇਸ ਤਰ੍ਹਾਂ ਭੀੜ ਨੇ ਗੱਡੀਆਂ ਘੇਰਨ ਦੀ ਵੀ ਕੋਸ਼ਿਸ਼ ਕੀਤੀ ਜਦੋਂ ਲੈ ਕੇ ਜਾ ਰਹੇ ਸੀ, ਅਤੇ ਉਸ ਮਾਮਲੇ 'ਤੇ ਕੀ ਕਹਿਣਾ ਚਾਹੁੰਦੇ? ਪਿੰਡ ਦੇ ਲੋਕਾਂ ਦਾ ਕਹਿਣਾ ਕਿ ਇੱਕ ਕੋਈ ਮੁੰਡਾ ਹੈਗਾ ਕਿ ਉਹਨੂੰ ਨਜਾਇਜ਼ ਅਰੈਸਟ ਕੀਤਾ ਗਿਆ, ਉਹਦਾ ਵਿਰੋਧ ਕਰ ਰਹੇ? ਨਹੀਂ ਜੀ, ਇਹ ਸਾਰੀ ਇਨਵੈਸਟੀਗੇਸ਼ਨ ਜਿੱਦਾਂ ਤੁਸੀਂ ਦੇਖ ਰਹੇ ਹੋ ਮੌਕੇ 'ਤੇ ਹੀ ਤੁਸੀਂ ਹੈਗੇ ਹੋ। ਅਸੀਂ ਜੋ ਹੋਇਆ ਇੱਥੇ ਲਾਈਵ ਐਨਕਾਊਂਟਰ ਹੋਇਆ ਅਤੇ ਜੋ ਰਾਊਂਡ ਅਪ ਹੋਇਆ ਉਹਨਾਂ ਨੇ ਫਾਇਰਿੰਗ ਕੀਤੀ ਹੈ, ਅਭੀ ਪਰਚਾ ਦਰਜ ਹੋਊਗਾ, ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਕਲੀਅਰ। ਇਹਨਾਂ ਨੂੰ ਸਰ ਸਿਵਲ ਹਸਪਤਾਲ ਭੇਜਿਆ ਗਿਆ? ਹਾਂਜੀ।